देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। क्या नाम है तुम्हारा? राजू सानी। क्या बात कही थी भैया? बात हो गया था कि दो तीन बार ना सादा लेके गया, तो एक बार पैसा गया मांगने के लिए, तो फिर ना बगल वाला पड़ोसी पैसा दिया जी। फिर आज आए थे सामान लेने के लिए, बीच में गाड़ी लगाया वहाँ पर ही, दारू की बोतल गाड़ी पर ही था। उसके बाद में वहाँ से गाली देते आया कि मेरे घर गया था, मतलब अपना भाषा में गाली दिया। उसके बाद मेरे पास आया, कहता केला दे दे जान, फिर केला दे दिया। मैं कहा सर पैसे पैसे के नाम के, तो चपेट मुझे मार बैठा। मुलाजिम था, पुलिस वाला था वो? जी। अच्छा, तो उसके बाद फिर चाकू लिया, चाकू लेकर ना मुझे मारने लगा। ठीक है। फिर उसके बाद में मैं मालिक के पास गया, पूरा मार्केट देख रहा था, फिर मार्केट पूरा आया ताले वो निकल के चल गया। तो पुलिस ने पकड़ लिया उसको? हाँ, तो पुलिस दूसरा फिर बाद में आया था, पुलिस तो पुलिस को भी मारा, पुलिस वालों को ही मारा, पुलिस वाला को भी मारा। और उसके बाद में वो दारू है उसको देह पर छिटी गया, कस्सी से भी मारा है, ईंट से भी, पुलिस वाला को भी मारा है। कौन से पुलिस वाले को मारा है, कुछ नाम वगैरह पता है? नाम नहीं मुझे पता है, जो भेजे थे पहले बार सिंगल आए थे उनको भेजा था, उनको मारे थे। फोन ही आता जानी के इतों फोन गया एस एच ओ साहब का, कोई शांति झार जाना, तो उसे कोई रौला पाँगा बंदा अपने घर के आंढ़ गुआंढ, तो वो करके गया मैं। तो सर की इन्हें दारू पीती सी इस बंदे ने? सर बंदा है कौन है जी? पीएपी का मुलाजिम। सर नौकरी कर रहा? सस्पेंडेड है। सस्पेंड हुआ। ते सर तुहाडे ते पता लगे कि शराब शरूब भी डोली गई है जां कुछ ऐसा? पानी की बोतल जिदा ना शराबी बंदे ने पानी की बोतल शराब आली जानी बोतल शराब आली विच पानी पा के उत्ते डोल दित्ती, कहिंदा इह मेरे ते इल्जाम लाउणा चाहुंदा सीगा कि तूं शराब मंगदा मेरे को, जानी इहो जिहा इल्जाम मेरे ते लाउणा चाहुंदा सीगा कि मैं इहदे ते इल्जाम लाऊंगा तां इहदे ते मेरे ते इल्जाम ला पिया, कहिंदा तू मेरे तो पैसे मंगदा, तू मेरे तो शराब मंगदा, जानी ऐदां दी कंप्लेंट की आई हुई सी। कंप्लेंट ये सी इन्हे ना किसी रेहड़ी आले बंदे लड़दा सीगा उहदे नाल, ਉਹਨੂੰ ਕਹਿੰਦਾ ਸੀ ਮੈਂ ਤੇਰੇ ਚੁਰਾ ਮਾਰ ਦੇਣਾ। ਸਰ ਕਿਸ ਵਜ੍ਹਾ ਨੂੰ ਲੈ ਕੇ ਆਇਆ ਨੀ ਪਤਾ ਲੱਗਾ ਜੀ? ਹਾਂਜੀ, ਕਿਸ ਵਜ੍ਹਾ ਨੂੰ ਲੈ ਕੇ ਲੜਦਾ ਪਿਆ ਸੀ? ਭਾਜੀ ਸ਼ਰਾਬੀ ਆ, ਕੋਈ ਚੀਜ਼ ਮੰਗਦਾ ਹੋਊਗਾ ਜਿੱਦਾਂ ਮੋਸਤ ਨਹੀਂ ਮੰਗਦੇ ਹੁੰਦੇ, ਉਹੀ ਗੱਲ ਆ, ਦਬਾਅ ਪਾਉਣਾ ਸ਼ਰਾਬੀ ਬੰਦੇ ਨੇ ਦਬਾਅ ਪਾਉਂਦਾ ਸੀਗਾ ਉਹਦੇ ਤੇ, ਜਾਂ ਉਹਦੇ ਕੋਲ ਉਹਦੇ ਪੈਸੇ ਦੇਣੇ ਹੋਣਗੇ ਇਹਨੇ। ਅਸ਼ੋਕ ਨਗਰ ਆ ਜੀ ਉਹ, ਇਹ ਸ਼ਾਂਤੀ ਵਿਭਾਗ ਦੇ ਜੀ ਦਾ, ਸਾਨੂੰ ਇੱਕ ਇਨਫੋਰਮੇਸ਼ਨ ਉੱਥੋਂ ਆਈ ਸੀ ਮੁਹੱਲੇ ਚੋਂ ਹੀ ਕਿ ਇੱਕ ਸਾਡਾ ਰਿਸ਼ਪਾਲ ਸਿੰਘ ਐਸੇ ਹੈਗਾ ਜੋ ਪੀ ਏ ਪੀ ਦਾ ਮੁਲਾਜ਼ਮ ਹੈ, ਉਹ ਕਦੇ ਸ਼ਰਾਬ ਪੀ ਰਾਤ ਨੂੰ ਹੂਟਰ ਵਗੈਰਾ ਜ਼ਿਆਦਾ ਮਾਰਦਾ ਹੋਇਆਗਾ ਆਪਣੀ ਗੱਡੀ 'ਚ, ਹੂਟਰ ਉਹਨੇ ਅਨਲੀਗਲ ਤਰੀਕੇ 'ਤੇ ਲਾਇਆ ਹੋਇਆ। ਜਿੱਥੇ ਅਸੀਂ ਗਏ ਸੀਗੇ, ਜਿੱਥੇ ਜਾ ਕੇ ਪਤਾ ਲੱਗਾ ਕਿ ਹੂਟਰ ਦੀ ਇਹ ਪ੍ਰੋਬਲਮ ਇਹਦੇ ਕਰਕੇ ਸ਼ਿਕਾਇਤ ਸੀਗੀ, ਸਾਡੇ ਪੀ ਸੀ ਆਰ ਦੇ ਕਰਮਚਾਰੀ ਐਸ ਆਈ ਪਿਆਰਾ ਲਾਲ ਜਿਹੜੇ ਉੱਥੇ ਮੌਕੇ 'ਤੇ ਗਏ ਸੀਗੇ, ਜਿਹਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨੇ ਉਹਦੇ ਨਾਲ ਵੀ ਮਿਸਬਿਹੇਵ ਜਿਹਾ ਉੱਥੇ ਘਰ ਆਪਣੇ ਕਰ ਲਿਆ, ਅਤੇ ਜਿਹੜੀ ਬੀਅਰ ਪੀ ਰਿਹਾ ਸੀ ਆਪਣੇ ਘਰ ਉਹ ਤਾਂ ਉਹਦੇ 'ਤੇ ਡੋਲ ਦਿੱਤੀ, ਇਹਦੇ 'ਤੇ ਵੀ ਉਹ ਆਪਸ ਵਿੱਚ ਉਹਨਾਂ ਨੇ ਮਾੜਾ ਚੰਗਾ ਵੀ ਉਹਨੂੰ ਬੋਲਿਆ ਵਾ, ਜਿਹੜਾ ਇਹ ਮੇਰਾ ਮੁਲਾਜ਼ਮ ਆਪਣੇ ਘਰ ਲੁਕ ਗਿਆ ਸੀਗਾ, ਜਿਹਨੂੰ ਅਸੀਂ ਨਾਲ ਲੈ ਕੇ ਆਏ ਹਾਂ, ਹੁਣ ਇਹਦਾ ਮੁਲਾਜ਼ਮ ਕਰਾਇਆ ਜਾ ਰਿਹਾ ਆ, ਅਤੇ ਜਿਹੜੀ ਗੱਡੀ ਆ ਉਹਨੂੰ ਅਸੀਂ ਬੰਦ ਕੀਤਾ ਹੈ। ਸਰ ਮੁਲਾਜ਼ਮ ਜਿਹੜੇ ਸਾਡੇ ਕੋਲ ਵੀਡੀਓ ਸਾਹਮਣੇ ਆਈ ਉਹਦੇ ਵਿੱਚ ਸਾਫ਼ ਪਤਾ ਲੱਗ ਰਿਹਾ ਕਿ ਜਿਹੜੇ ਮੁਲਾਜ਼ਮ ਉਹਨਾਂ ਨੇ ਗੱਡੀ 'ਤੇ ਦਾਰੂ ਦੀ ਬੋਤਲ ਰੱਖੀ ਆ, ਇੱਕ ਰੇਹੜੀ ਵਾਲੇ ਤੋਂ ਖਰਬੂਜੇ ਮੰਗੇ ਆ, ਜਦੋਂ ਰੇਹੜੀ ਵਾਲੇ ਖਰਬੂਜੇ ਦਿੱਤੇ ਆ ਅਤੇ ਪੈਸੇ ਮੰਗੇ ਉਹਨੇ, ਅਤੇ ਤੁਹਾਡੇ ਮੁਲਾਜ਼ਮ ਨੇ ਉਹਦਾ ਥੱਪੜ ਮਾਰਿਆ ਉਹਦੇ ਖਿੱਚ ਕੇ, ਸਰ ਸਾਡੇ ਕੋਲ ਵੀਡੀਓ ਪਈ ਆ, ਅਤੇ ਉਸ ਤੋਂ ਬਾਅਦ ਜਦੋਂ ਤੁਹਾਡੀ ਪੀ ਸੀ ਆਰ ਸਰ ਉੱਥੇ ਪਹੁੰਚੀ ਆ, ਅਤੇ ਤੁਹਾਡੀ ਪੀ ਸੀ ਆਰ ਦੀ ਵੀ ਸਰ ਪੱਗ ਲਾਈ ਗਈ ਆ ਅਤੇ ਡੰਡੇ ਮਾਰੇ ਗਏ, ਇਹਦੇ ਬਾਰੇ ਕਹਿਣਾ ਤੁਹਾਨੂੰ? ਕੋਈ ਪਿੱਕ ਨਹੀਂ ਸਾਡੇ ਕੋਲ ਆਈ, ਇੱਦਾਂ ਦੀ ਕੋਈ ਸ਼ਿਕਾਇਤ ਨਹੀਂ ਹੈਗੀ, ਚਲੋ ਸਾਡੇ ਆਪਣੇ ਡਿਪਾਰਟਮੈਂਟ ਦਾ ਕੰਮ ਹੈਗਾ ਜੀ, ਉਹਨਾਂ ਜੀ ਉਹਨੇ ਬਹਿਸ ਬਸਾਈਆ ਕੀਤਾ ਵਾ, ਕਿਉਂਕਿ ਆਮ ਵੀ ਪਬਲਿਕ ਜਿਹੜੀ ਕਈ ਵਾਰੀ ਜਿਹੜਾ ਬੰਦਾ ਦਾਰੂ ਪੀ ਲੈਂਦਾ ਵਾ ਉਹ ਕਰ ਲੈਂਦਾ, ਉਹ ਸਾਡਾ ਮੈਟਰ ਅਸੀਂ ਆਪਣੇ ਤੌਰ ਤੇ ਸਾਲਵ ਕਰਦੇ ਹਾਂ। ਸਰ ਜੇ ਗੱਲ ਕਰੀਏ ਕਿ ਵੀਕਐਂਡ ਲੌਕਡਾਊਨ ਲੱਗਾ ਹੋਇਆ ਫਿਰ ਵੀ ਜਿਹੜੇ ਪੰਜਾਬ ਕੋਲ ਜਿਹੜੇ ਮੁਲਾਜ਼ਮ ਹੈਗੇ ਗੱਡੀਆਂ ਦੇ ਉੱਪਰ ਸ਼ਰਾਬ ਰੱਖ ਕੇ ਜਿਹੜੀ ਦਾਰੂ ਪੀ ਰਹੇ, ਤਾਂ ਕੀ ਮੈਸੇਜ ਮਿਲਦਾ ਸਰ ਲੋਕਾਂ ਨੂੰ? ਮੈਸੇਜ ਤਾਂ ਗਲਤ ਹੀ ਜਾ ਰਿਹਾ, ਉਹ ਜਿਹੜਾ ਜਿਹੜੀ ਬਣਦੀ ਕਰ ਰਹੀ ਅਸੀਂ ਅਮਲ ਦੇ ਖਿਲਾਫ ਲਿਆ ਰਹੇ ਹਾਂ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ,
ਪਤੀ ਪਤਨੀ ਚ ਅਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 84374 94648 84374 94648